ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਡੇ ਸਾਰਿਆਂ ਵੱਲੋਂ ਕਾਫੀ ਸਵਾਲ ਪੁੱਛੇ ਜਾ ਰਹੇ ਸਨ ਕਿ SAS ਬਾਰੇ ਦੱਸਿਆ ਜਾਏ SAS ਕੀ ਹੁੰਦਾ ਹੈ SAS ਐਗਜ਼ਾਮ ਕੀ ਹੁੰਦਾ ਹੈ ਅਤੇ ਇਸ ਐਗਜ਼ਾਮ ਵਿੱਚ ਕਿਵੇਂ ਬੈਠਣਾ ਹੈ ਕੌਣ ਬੈਠ ਸਕਦਾ ਹੈ ਤੇ ਇਸ ਦਾ ਸਿਲੇਬਸ ਕੀ ਹੁੰਦਾ ਹੈ ਤਾਂ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਮੱਦੇਨਜ਼ਰ ਅਸੀਂ ਅੱਜ ਦੀ ਖਾਸ ਪੇਸ਼ਕਸ਼ ਲੈ ਕੇ ਆ ਰਹੇ ਅੱਜ ਅਸੀਂ ਇਸ ਬਾਰੇ ਪੂਰੀ ਡਿਟੇਲ ਵਿੱਚ ਜਾਣਕਾਰੀ ਦਵਾਂਗੇ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਗਵਰਨਮੈਂਟ ਇੰਪਲੋਈਜ਼ ਨਾਲ ਰਿਲੇਟਡ ਆਰ ਮੈਟਰ ਤੇ ਪੂਰੀ ਡਿਟੇਲ ਜਾਣਕਾਰੀ ਤੁਹਾਡੇ ਕੋਲ ਲੈ ਕੇ ਆਉਂਦੇ ਹਾਂ ਇਸ ਦੇ ਨਾਲ ਹੀ ਤੁਸੀਂ ਬੈਲ ਆਈਕਨ ਨੂੰ ਵੀ ਕਲਿੱਕ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਨਵੀਂ ਵੀਡੀਓ ਆਉਂਦੀ ਹੈ ਤਾਂ ਉਸ ਦਾ ਨੋਟੀਫਿਕੇਸ਼ਨ ਫੋਨ ਤੇ ਉਸੇ ਟਾਈਮ ਆ ਜਾਵੇ SAS ਐਗਜ਼ਾਮ ਨੂੰ ਕਲੀਅਰ ਕਰਨ ਤੋਂ ਬਾਅਦ ਪਹਿਲੀ ਪੋਸਟਿੰਗ ਬਤੌਰ ਸੈਕਸ਼ਨ ਅਫਸਰ ਹੁੰਦੀ ਹੈ ਸੈਕਸ਼ਨ ਅਫਸਰ ਦੀ ਅਸਾਮੀ ਦੇ ਸਰਵਿਸ ਰੂਲ ਸਾਲ 2012 ਦੌਰਾਨ ਚੇਂਜ ਕਰਦੇ ਹੋਏ SAS ਨੂੰ ਸਟੇਟ ਫਾਈਨਾਂਸ ਐਂਡ ਅਕਾਊਂਟ ਸਰਵਿਸਿਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਹੁਣ ਸੈਕਸ਼ਨ ਅਫਸਰ ਦੀ ਅਸਾਮੀ ਇੱਕ ਗਰੁੱਪ ਏ ਅਫਸਰ ਦੀ ਅਸਾਮੀ ਹੈ ਅਤੇ ਇਹਨਾਂ ਦਾ ਪੇ ਸਕੇਲ 10,334,800 ਪਲੱਸ 5,000 ਹੁੰਦਾ ਹੈ ਵਿੱਤ ਵਿਭਾਗ ਵੱਲੋਂ ਆਪਣੇ ਅਫਸਰ ਹਰ ਸਰਕਾਰੀ ਵਿਭਾਗ ਅਰਧ ਸਰਕਾਰੀ ਵਿਭਾਗ ਜਾਂ ਹੋਰ ਸੰਸਥਾਵਾਂ ਵਿੱਚ ਡਿਪਿਊਟ ਕੀਤੇ ਜਾ ਸਕਦੇ ਹਨ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੇ ਲਈ ਇੱਕ ਐਗਜ਼ਾਮਪਲ ਦੇਖਦੇ ਹਾਂ ਜਿਵੇਂ ਆਪ ਨੂੰ ਪਤਾ ਹੈ ਕਿ IAS ਅਧਿਕਾਰੀ ਦਾ ਪੇਰੈਂਟ ਡਿਪਾਰਟਮੈਂਟ ਮਿਨਿਸਟਰੀ ਆਫ ਹੋਮ ਅਫੇਅਰਸ ਜਾਂ ਡਿਪਾਰਟਮੈਂਟ ਆਫ ਪਰਸੋਨਲ ਹੁੰਦਾ ਹੈ ਬਟ ਉਹਨਾਂ ਦੀ ਜਿਹੜੀ ਪੋਸਟਿੰਗ ਹੈ ਉਹ ਵੱਖ ਵੱਖ ਵਿਭਾਗਾਂ ਵਿੱਚ ਕੀਤੀ ਜਾਣੀ ਹੁੰਦੀ ਹੈ ਇਸੇ ਤਰ੍ਹਾਂ SAS ਕਾਡਰ ਦਾ ਪੇਰੈਂਟ ਡਿਪਾਰਟਮੈਂਟ ਵਿੱਤ ਵਿਭਾਗ ਹੁੰਦਾ ਹੈ ਪਰ ਉਹਨਾਂ ਦੀ ਪੋਸਟਿੰਗ ਵੀ ਵਿੱਤ ਦੇ ਨਿਯੰਤਰਣ ਲਈ ਵੱਖ ਵੱਖ ਵਿਭਾਗਾਂ ਵਿੱਚ ਕੀਤੀ ਜਾਣੀ ਹੁੰਦੀ ਹੈ ਜੇਕਰ ਗੱਲ ਕਰੀਏ SAS ਅਧਿਕਾਰੀਆਂ ਦੀ ਪ੍ਰਮੋਸ਼ਨ ਦੀ ਤਾਂ ਸਭ ਤੋਂ ਪਹਿਲੀ ਪੋਸਟ ਸੈਕਸ਼ਨ ਅਫਸਰ ਦੀ ਹੈ ਸੈਕਸ਼ਨ ਅਫਸਰ ਤੋਂ ਬਾਅਦ ਅਸਿਸਟੈਂਟ ਕੰਟਰੋਲਰ ਵਿੱਤ ਤੇ ਲੇਖਾ ਉਸ ਤੋਂ ਬਾਅਦ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਉਸ ਤੋਂ ਬਾਅਦ ਜੁਆਇੰਟ ਕੰਟਰੋਲਰ ਵਿੱਤ ਤੇ ਲੇਖਾ ਉਸ ਤੋਂ ਬਾਅਦ ਐਡੀਸ਼ਨਲ ਡਾਇਰੈਕਟਰ ਪ੍ਰਮੋਸ਼ਨ ਹੁੰਦੀ ਹੈ SAS ਐਗਜ਼ਾਮ ਤਿੰਨ ਪਾਰਟਸ ਵਿੱਚ ਹੁੰਦਾ ਹੈ ਜਿਵੇਂ ਕਿ SAS ਪਾਰਟ 1 SAS ਪਾਰਟ 2 ਅਤੇ SAS ਪਾਰਟ 3 SAS ਪਾਰਟ 1 ਅਤੇ ਪਾਰਟ 2 ਕਰਨਾ ਪਾਸ ਕਰਨਾ ਲਾਜ਼ਮੀ ਹੈ ਪਰ SAS ਪਾਰਟ 3 ਪਾਸ ਕਰਨਾ ਲਾਜ਼ਮੀ ਨਹੀਂ ਹੈ SAS ਪਾਰਟ 1 ਅਤੇ ਪਾਰਟ 2 ਨੂੰ ਕਲੀਅਰ ਕਰਨ ਤੋਂ ਬਾਅਦ ਤੁਸੀਂ ਬਤੌਰ ਸੈਕਸ਼ਨ ਅਫਸਰ ਨਿਯੁਕਤ ਕੀਤੇ ਜਾ ਸਕਦੇ ਹੋ SAS ਪਾਰਟ 1 ਅਤੇ SAS ਪਾਰਟ 2 ਵਿੱਚ ਇੱਕੋ ਵਾਰੀ ਨਹੀਂ ਬੈਠਿਆ ਜਾ ਸਕਦਾ ਪਹਿਲਾਂ SAS ਪਾਰਟ 1 ਨੂੰ ਕਲੀਅਰ ਕਰਨਾ ਪਵੇਗਾ ਅਤੇ ਇਸ ਤੋਂ ਬਾਅਦ SAS ਪਾਰਟ 2 ਨੂੰ ਕਲੀਅਰ ਕਰਨਾ ਪਵੇਗਾ ਪਾਸ ਹੋਣ ਵਾਸਤੇ ਹਰ ਪੇਪਰ ਵਿੱਚੋਂ ਘੱਟੋ ਘੱਟ 40% ਮਾਰਕਸ ਲੈਣਾ ਜ਼ਰੂਰੀ ਹੈ ਅਤੇ ਐਗਰੀਗੇਟ ਮਾਰਕਸ 45% ਹੋਣਾ ਜ਼ਰੂਰੀ ਹੈ ਐਗਰੀਗੇਟ ਮਤਲਬ ਕਿ ਜਿਵੇਂ ਹਰ ਪੇਪਰ ਦੇ ਮਾਰਕਸ ਮਿਲਾ ਕੇ ਜੋ ਪਰਸੈਂਟੇਜ ਹੈ ਉਹ 45% ਹੋਣੀ ਚਾਹੀਦੀ ਹੈ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ SAS ਪਾਰਟ 1 ਵਿੱਚ ਕੁੱਲ 5 ਪੇਪਰ ਹਨ ਜੇਕਰ ਉਹਨਾਂ ਵਿੱਚੋਂ 4 ਵਿੱਚ ਤੁਹਾਡੀ ਐਗਜ਼ੰਪਸ਼ਨ ਆ ਜਾਂਦੀ ਹੈ ਅਤੇ ਜਾਂ ਫਿਰ ਤੁਸੀਂ 5 ਵਿੱਚੋਂ ਪਾਸ ਹੋ ਜਾਂਦੇ ਹੋ ਤਾਂ ਤੁਸੀਂ SAS ਪਾਰਟ 2 ਲਈ ਐਲੀਜੀਬਲ ਹੋ ਜਾਂਦੇ ਹੋ ਅਗਰ ਗੱਲ ਕਰੀਏ ਐਗਜ਼ੰਪਸ਼ਨਸ ਤੇ ਕ੍ਰਾਈਟੇਰੀਆਜ਼ ਦੀ ਤਾਂ ਅਗਰ ਪੈਸੀ ਐਂਡ ਡਰਾਫਟ ਵਿੱਚ ਘੱਟੋ ਘੱਟ 50 ਮਾਰਕਸ ਆਉਂਦੇ ਹਨ ਅਤੇ ਪੈਸੀ ਐਂਡ ਡਰਾਫਟ ਤੋਂ ਇਲਾਵਾ ਬਾਕੀ ਪੇਪਰਸ ਵਿੱਚ 60% ਘੱਟੋ ਘੱਟ ਮਾਰਕਸ ਆਉਂਦੇ ਹਨ ਤਾਂ ਉਹ ਪੇਪਰ ਐਗਜ਼ੰਪਟ ਹੋ ਜਾਂਦਾ ਹੈ ਹੁਣ ਗੱਲ ਕਰਦੇ ਹਾਂ SAS ਪਾਰਟ 3 ਦੀ ਤਾਂ SAS ਪਾਰਟ 3 ਵਿੱਚ ਬੈਠਣ ਵਾਸਤੇ ਐਲੀਜੀਬਿਲਟੀ ਕ੍ਰਾਈਟੇਰੀਆ ਸਭ ਤੋਂ ਪਹਿਲਾਂ ਜੋ ਹੈ ਕਿ ਤੁਸੀਂ SAS ਦੇ ਮੈਂਬਰ ਹੋਣੇ ਚਾਹੀਦੇ ਸੈਕਸ਼ਨ ਅਫਸਰ ਅਪੁਆਇੰਟ ਹੋ ਗਏ ਹਨ ਜਾਂ ਉਸ ਤੋਂ ਬਾਅਦ ਪ੍ਰਮੋਸ਼ਨ ਵੀ ਹੋ ਗਈ ਹੈ ਤਾਂ ਵੀ ਉਹ ਉਸਦਾ ਪਾਰਟਿਸਿਪੇਟ ਇਸ ਐਗਜ਼ਾਮ ਵਿੱਚ ਕਰ ਸਕਦੇ ਹਨ ਤਾਂ ਇਸ ਐਗਜ਼ਾਮ ਨੂੰ ਦੇਣ ਦਾ ਬੈਨੀਫਿਟ ਕੀ ਹੈਗਾ ਇਸ ਐਗਜ਼ਾਮ ਨੂੰ ਦੇਣ ਨਾਲ ਜਦ ਉਹਨਾਂ ਨੇ ਡੈਪੂਟੇਸ਼ਨ ਤੇ ਜਾਣਾ ਬੋਰਡ ਕਾਰਪੋਰੇਸ਼ਨਾਂ ਵਿੱਚ ਤਾਂ ਉਹਨਾਂ ਨੂੰ ਇਸ ਤੇ ਪਹਿਲ ਦਿੱਤੀ ਜਾਏਗੀ ਪ੍ਰੈਫਰੈਂਸ ਦਿੱਤੀ ਜਾਏਗੀ ਸਿਰਫ ਇੰਨਾ ਕੁ ਮਕਸਦ ਹੈ ਇਸ ਚੀਜ਼ ਦਾ ਆਪਸ਼ਨਲ ਐਗਜ਼ਾਮ ਹੈ ਹੁਣ ਦੇਖਦੇ ਆ ਇਸ ਦਾ ਸਿਲੇਬਸ ਕੀ ਹੈਗਾ ਤਾਂ ਜੋ ਸਿਲੇਬਸ ਹੈ ਉਹ ਧਿਆਨ ਨਾਲ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਐਗਜ਼ਾਮ ਨੂੰ ਪਾਸ ਕਰਨ ਦੇ ਵਿੱਚ ਸਿਲੇਬਸ ਦੀ ਕੰਪਲੀਟ ਨੌਲੇਜ ਹੋਣਾ ਬਹੁਤ ਹੀ ਅਹਿਮ ਰੋਲ ਅਦਾ ਕਰਦਾ ਹੈ ਤਾਂ ਸਿਲੇਬਸ ਨੂੰ ਧਿਆਨ ਨਾਲ ਇਸ ਨੂੰ ਸਮਝਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ SAS ਪਾਰਟ 1 ਵਿੱਚ ਕਿਹੜੇ ਕਿਹੜੇ ਸਬਜੈਕਟ ਆਉਣਗੇ ਸਾਡੇ ਕੋਲੋਂ ਐਗਜ਼ਾਮ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜਾ ਸਬਜੈਕਟ ਹੈ ਉਹ ਹੈ ਪ੍ਰੈਸਿਜ਼ ਐਂਡ ਡਰਾਫਟ ਇੰਗਲਿਸ਼ ਪੋਰਸ਼ਨ ਤਾਂ ਇਸ ਦੇ ਮੈਕਸਿਮਮ ਮਾਰਕਸ ਹੈਗੇ ਆ ਉਹ 75 ਹੈ ਤੇ 1.5 ਘੰਟੇ ਦਾ ਇਹ ਪੇਪਰ ਹੈਗਾ
तो दूसरा पेपर अपने को है प्रेसिज एंड ड्राफ्ट पंजाबी पोर्शन, इसमें भी मैक्सिमम मार्क्स 75 है, 1.5 घंटे का पेपर है। तो जो थर्ड पेपर अपने को आएगा वो है पंजाब सिविल सर्विस रूल्स, इसके मैक्सिमम मार्क्स जेडे 150 है, 3 घंटे का पेपर हो। जरा फोर्थ पेपर है अपने को है ऑडिट एंड अकाउंट कोड्स, इसके मैक्सिमम मार्क्स 150 है, 3 घंटे का पेपर है। उस तो बाद लास्ट पेपर अपने को आ जाएगा यह है कमर्शियल बुक कीपिंग, इसके भी मैक्सिमम मार्क्स 150 है, पेपर यह 3 घंटे का होगा। इस तो बाद असि गल करांगे एलिजिबिलिटी क्राइटेरिया की, अपलाई किवें करना है इस विच, पर उस तो पहला SAS पार्ट 2 का सिलेबस देख लीए, तो नाल ही इस सिलेबस नूं डिटेल विच भी देख लीए। SAS पार्ट 2 एग्जाम विच साडे कोलों पहला पेपर आवेगा कॉन्स्टिट्यूशन ऑफ इंडिया एंड बजट मैनुअल, ये पेपर मैक्सिमम मार्क्स होंगे इसके 150, तो टाइम होगा 3 घंटे का। जो दूसरा पेपर आएगा वो है PWD अकाउंट्स रूल्स एंड प्रोसीजर्स, ये भी मैक्सिमम मार्क्स इसके भी 150 होंगे, तो टाइम होगा 3 घंटे का। उस तो बाद जो पेपर अपने को आएगा उसका नाम है एडवांस्ड अकाउंटेंसी, इसके भी मैक्सिमम मार्क्स 150 है, टाइम 3 घंटे का है। जो साडा लास्ट पेपर होगा SAS पार्ट 2 विच उसका नाम है कोस्ट अकाउंट्स एंड इनवेंटरी वैल्यूएशन एंड कंट्रोल, मैक्सिमम मार्क्स इसके भी 150 है, टाइम है 3 घंटे का। SAS एग्जाम की डिटेल विच जानकारी असी तुहानू नैक्सट वीडियो विच दवांगे, तो हुण असी डायरैक्ट देखते हैं कि इस विच अपलाई करन दे लई एलिजिबिलिटी क्राइटेरिया की है। इस एग्जाम विच अपलाई करन दी जिहड़ी सब तो पहली कंडीशन है वो यह है कि 3 साल की रैगूलर सर्विस होनी चाहिए है। जे गल करिए असियां एजुकेशनल क्वालिफिकेशन दी, तां उस विच सानू इस नू 2 कैटेगरी विच डिवाइड करना पवेगा, जेड़ियां असामियां ऑफिस वर्क नाल रिलेटेड हन उन्हां वास्ते सिंपल रेगुलर रेकोगनाइज यूनिवर्सिटी तो ग्रेजुएशन दी डिग्री सफिशेंट हैगी है, बट जिन्हां दी जॉब ऑफिस वर्क तो इलावा हट के फील्ड विच है जां कोई होर जॉब है, तां उन्हां वास्ते जेड़ी है जां तां ग्रेजुएशन इन कमर्स जब पोस्ट ग्रेजुएशन इकोनॉमिक्स जरूरी है। SAS एग्जाम विच अप्लाई करन वास्ते पंजाब सरकार दे विभागां दे नाल नाल बोर्ड कारपोरेशन ते लोकल बॉडीज दे कर्मचारी भी एलिजिबल हन। इस दे नाल ही कर्मचारियों ते अधिकारियों नूं SAS काडर विच आन ते पे प्रोटेक्शन दा बेनिफिट भी दिता जांदा है। इस एग्जाम विच नंबर ऑफ अटैम्प्ट दी कोई लिमिट नहीं लगाई गई है, पर जब कोई कर्मचारी 5 बार अटैम्प्ट करन ते भी पास नहीं हुंदा तां उस ते 2 कंडीशन्स लगा दित्तियां जांदियां हन, जिन्हां नूं पूरा करन तों बाद ही उह फर्दर 6th अटैम्प्ट दे सकदा है, अदरवाइज़ उह अटैम्प्ट नहीं दे सकदा। तां उह वाली पहली कंडीशन की है कि जिहड़ा पहला अटैम्प्ट उसने कीता है पिछले वाला उस 2 साल का समा निकल गया हो। दूसरी कंडीशन यह है कि अगर उसके 35% तो घट मार्क्स आए हैं तो फिर वो नहीं दे सकता पेपर। अगर गल करिए कि इस एग्जाम विच अप्लाई किवें करना हुंदा, तां जद भी डिपार्टमेंट ऑफ फाइनेंस ने एग्जाम कंडक्ट करवाना हुंदा तां पहला वो इसकी जो लैटर है सूचना है वो हर हैड ऑफ डिपार्टमेंट नूं इंडोरस करते हैं, ते नाल ही ये भी लिखा जाता है कि अपने नीचे जो भी स्टाफ हैगा उन्होंने इसकी कम्यूनीकेशन दी जाए, अते वो जो अप्लाई कर सकते हैं वो सिर्फ तो सिर्फ अपने हैड ऑफ डिपार्टमेंट के थ्रू ही कर सकते हैं। हैड ऑफ डिपार्टमेंट ही फरदर इस एप्लीकेशन डिपार्टमेंट ऑफ फाइनेंस नू फॉरवर्ड कर सकते हैं। जेकर कोई भी एप्लीकेशन डायरैक्ट डिपार्टमेंट फाइनेंस को आती है तो वह डिपार्टमेंट फाइनेंस वालों रिजैक्ट कर दी जाती है। इस वीडियो विच जेड़ी भी जानकारी असी नहीं तुहानू दे सके आ उह असी इस वीडियो दे नैक्सट पार्ट 2 विच दवांगे, अते नाल ही अगर तुहानू इह वीडियो पसंद आई है तो इस नूं लाइक करो और दोस्तां नाल भी शेयर जरूर करो। इस दे नाल ही अगर पहली बार इस चैनल ते वीडियो देख रहे हो तो चैनल नूं सबसक्राइब भी जरूर कर लेना। एक जानकारी होर मैं तुहाडे नाल शेयर करना जरूरी समझदा हाँ कि जब भी तुसीं इस चैनल दे आइकन ते क्लिक करदे हो तां तुहानू 2 ऑप्शन नज़र आंदे हन, किसी यूज़र नूं व्यू चैनल दा ऑप्शन नज़र आंदा है तां किसी नूं आंदा होम प्लेलिस्ट दा। जिस भी यूज़र नूं होम प्लेलिस्ट डायरैक्टली नज़र नहीं आ रहा व्यू चैनल नज़र आ रहा, वह व्यू चैनल ते क्लिक करे तां उस तों बाद उसनूं होम प्लेलिस्ट नज़र आएगा। प्लेलिस्ट ते जब क्लिक करोगे तां उहदे विच हर वीडियो कैटेगरी वाइज पईआं होणगीआं, तुसीं उहनां दा बेनीफिट लै सकदे हो। मान लो तुसीं सिविल सर्विस रूल दे नाल रिलेटेड कोई जानकारी लैणा चाहुंदे हो तां प्लेलिस्ट विच सिविल सर्विस रूल कैटेगरी नूं सिलैक्ट करोगे तां उस विच वीडियो देख सकदे हो। लेटेस्ट न्यूज़ भी उहदे विच पईआं होणगीआं, तो इस तरह हर कैटेगरी दी वीडियो उहदे विच पई है। SAS एग्जाम नाल रिलेटेड टॉपिक्स ते भी वीडियो उहदे विच पईआं होणगीआं।